ਅੱਜ ਹੁਣ ਆਪਾਂ ਤੁਹਾਨੂੰ ਬਿਨਾਂ ਫਰਿੱਜ ਤੋਂ ਬਰਫ ਜਵਾ ਕੇ ਦਿਖਾਉਂਦੇ ਹਾਂ ਵੀ ਇੱਕ ਮਿੰਟ ਜੇ ਕਿਸੇ ਬੰਦੇ ਨੇ ਵਿਆਹ ਸ਼ਾਦੀ ਵਿੱਚ ਬਰਫ ਬੁਰਫ ਜਮਾਉਣੀ ਹੋਵੇ ਤੁਹਾਨੂੰ ਦੱਸ ਦਿਆ ਕਰੋ ਤੁਹਾਨੂੰ ਫ੍ਰੀ ਬਰਫ ਜਵਾ ਕੇ ਦੇਵਾਂਗੇ ਅਤੇ ਤੁਹਾਨੂੰ ਦੱਸ ਦਿਓ ਤਰੀਕਾ ਕਿੱਦਾਂ ਬਰਫ ਜਮਾਉਣੀ ਆ ਜਿਵੇਂ ਦੇਖੋ ਖਾਲੀ ਆ ਬਿਲਕੁਲ ਖਾਲੀ ਇੱਕ ਮਿੰਟ ਵਿੱਚ ਬਰਫ ਜਮ ਜਾਣੀ ਮਿੱਟੀ ਵਿੱਚ ਜਾਦੂ ਕਰਨਾ ਹੋਵੇ ਜਾਂ ਬੈਠੇ ਇੱਕ ਮਿੰਟ ਬਸ ਉਹਦਾ ਪਾਣੀ ਲੈਣਾ ਹੈ ਚਿੱਟਾ ਮਾਰਨਾ ਇਸ ਤਰ੍ਹਾਂ ਬਰਫ ਜੰਮਣੀ ਇੱਕ ਮਿੰਟ 'ਚ ਬਰਫ ਜੰਮਣੀ ਆ ਠੰਡੀ ਬਰਫ ਬਿਲਕੁਲ ਗਲਾਸ ਬਿਲਕੁਲ ਖਾਲੀ ਆ ਖਾਲੀ ਗਲਾਸ ਵਿੱਚ ਪਾਣੀ ਭਰ ਲੈਣਾ ਥੋੜ੍ਹਾ ਜਿਹਾ ਖਾਲੀ ਗਲਾਸ 'ਚ ਪਾਣੀ ਪਾ ਲੈਣਾ ਜਾਦੂ ਕਰਨਾ ਮਾੜਾ ਜਿਹਾ ਇੱਦਾਂ ਬਸ ਵਿੱਚ ਬਸ ਇਹ ਬਰਫ ਜੰਮਦੀ ਜਾਦੂ ਨਾਲ ਹਰ ਕੋਈ ਨਹੀਂ ਜਮਾ ਸਕਦਾ ਬਰਫ ਨੂੰ ਬਾਕੀ ਤੁਸੀਂ ਅਗਲੀ ਵੀਡੀਓ ਵਿੱਚ ਕੋਮੈਂਟ ਕਰਿਓ ਇਸ ਵੀਡੀਓ ਦੇ ਵਿੱਚ ਬਰਫ ਕਿੱਦਾਂ ਜਮਾਈ ਜਾਂਦੀ ਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੱਸਾਂਗੇ ਬਰਫ ਕਿੱਦਾਂ ਜੰਮਦੀ ਆ ਇੱਕ ਮਿੰਟ 'ਚ ਬਰਫ ਜੰਮ ਜਾਣੀ ਆ ਇੱਕ ਮਿੰਟ ਦੇ ਵਿੱਚ ਆਹ ਜੰਮ ਗਈ ਬਰਫ ਆਹ ਵੀ ਦੇਖ ਲਓ ਆਹ ਵੀ ਜੰਮ ਗਈ ਬਰਫ ਆਹ ਵੀ ਦੇਖ ਲਓ ਬਾਕੀ ਬਰਫ ਤੁਹਾਨੂੰ ਫਿਰ ਤਾਂ ਠੰਡੀ ਬਰਫ ਆ ਹੱਥ ਵੀ ਨਹੀਂ ਲੱਗਦਾ ਇਹਨੂੰ ਉਹ ਬਰਫ ਵਿੱਚ ਜੰਮ ਗਈ ਆ ਦੋ ਕੁ ਮਿੰਟ ਦਿਓ ਸਾਰੀ ਬਰਫ ਜੰਮ ਜਾਣੀ ਆ ਅਤੇ ਤੁਸੀਂ ਪਲੀਜ਼ ਹੈ ਨਾ ਨੈਕਸਟ ਵੀਡੀਓ ਵਿੱਚ ਸਾਨੂੰ ਕਮੈਂਟ ਕਰਿਓ ਅਤੇ ਤੁਹਾਨੂੰ ਦੱਸਾਂਗੇ ਤਰੀਕਾ ਕਿੱਦਾਂ ਵੀ ਬਰਫ ਜਮਾਉਣੀ ਕਿੱਦਾਂ ਇਹ ਠੀਕ ਆ ਅਤੇ ਤੁਸੀਂ ਕਿਸੇ ਵੀ ਵਿਆਹ ਸ਼ਾਦੀ ਵਿੱਚ ਬਰਫ ਜਮਾ ਸਕਦੇ ਹਾਂ ਦੇਖ ਲਓ ਬਰਫ ਥੋੜ੍ਹੀ ਕੱਚੀ ਰਹਿ ਗਈ ਆ ਥੋੜ੍ਹਾ ਜਾਦੂ ਘੱਟ ਵੱਜਿਆ ਇੱਥੇ ਉੱਥੇ ਪਾਇਆ